ਧੰਨ ਗੁਰਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ 2024 ਚ ਪ੍ਰਧਾਨ ਮੰਤਰੀ ਦੀ ਹੋ ਸਕਦੀ ਹੈ ਵੋਟਾਂ ਦੇ ਰਿਜ਼ਲਟ ਆਉਣ ਕਾਰਨ ਮੌਤ 84 ਵਾਂਗ ਹੋਵੇਗਾ ਧਾਰਮਿਕ ਸਥਾਨਾਂ ਤੇ ਹਮਲਾ ਵੀ ਹੋਵੇਗਾ ਪੰਜਾਬ ਦੇ 7 ਟੇਕਰਨ ਦੀ ਕੋਸ਼ਿਸ਼ ਵੀ ਹੋਵੇਗੀ ਸੋ ਇਸ ਵਿਸ਼ੇ ਨੂੰ ਵਿਚਾਰਨਾ অতি ਲਾਜ਼ਮੀ ਹੈ অতি ਜ਼ਰੂਰੀ ਹੈ ਇਹਦੇ ਬਾਰੇ ਆਪਾਂ ਕੁਝ-ਕੁਝ ਬੇਨਤੀਆਂ ਜੜੀਆਂ ਨੇ ਜ਼ਰੂਰ ਸਮਝਾਂਗੇ ਸੋ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਵੋਟਾਂ ਦਾ ਸੀਜ਼ਨ ਜਿਹੜਾ ਹੈ ਉਹ ਚੱਲ ਰਿਹਾ ਹੈ ਆਪਾਂ ਸਾਰੇ ਵੇਖ ਰਹੇ ਆਂ ਲਗ-ਲਗ ਪਾਰਟੀਆਂ ਆਪੋ ਆਪਣੇ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਹਰ ਕੋਈ ਜਿਹੜਾ ਹੈ ਉਹ ਪ੍ਰਚਾਰ ਦੇ ਵਿੱਚ ਜੁਟਿਆ ਹੋਇਆ ਹੈ ਤੇ ਹਰ ਕੋਈ ਕਹਿੰਦਾ ਹੈ ਕਿ ਪ੍ਰਚਾਰ ਸਾਡਾ ਹੋ ਰਿਹਾ ਹੈ ਸਾਨੂੰ ਵੋਟ ਪਾਓ ਵਧੀਆ ਪਾਓ ਅਸੀਂ ਜਿੱਤ ਰਹੇ ਹਾਂ ਹਰ ਕੋਈ ਆਪਣੀ ਜਿੱਤ ਦੇ ਦਾਅਵੇ ਠੋਕਰਿਆ ਹੈ ਹਰ ਕੋਈ ਆਪਣੀ ਜਿੱਤ ਨੂੰ ਲੈ ਕੇ ਚੱਲਿਆ ਹੋਇਆ ਹੈ ਹਰ ਕੋਈ ਕਹਿੰਦਾ ਹੈ ਕਿ ਸਾਡੀ ਜਿੱਤ ਹੈ ਸਾਡੀ ਜਿੱਤ ਜਿਹੜੀ ਹੈ ਉਹ ਲਾਜ਼ਮੀ ਹੈ ਭਾਵੇਂ ਹਾਰ ਹੀ ਰਿਹਾ ਹੋਵੇ ਤੇ ਉਹ ਕਹਿੰਦਾ ਸਾਡੀ ਜਿੱਤ ਹੋ ਰਹੀ ਹੈ ਸੋ ਮੈਂ ਇਸ ਵਿਸ਼ੇ ਤੇ ਤਾਂ ਕਰਕੇ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਕੁਝ ਲੋਕਾਂ ਦੇ ਵੱਲੋਂ ਇਹ ਚੀਜ਼ਾਂ ਉਡਾਈਆਂ ਜਾ ਰਹੀਆਂ ਨੇ ਇਹ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਦੀ ਮੌਤ ਹੋ ਸਕਦੀ ਹੈ ਨੈਚੁਰਲ ਮੌਤ ਹੋਏ ਭਾਵ ਕਿ ਇੱਕ ਬਿਮਾਰੀ ਕਰਕੇ ਨਹੀਂ ਆਮ ਤੌਰ ਤੇ ਜਿਵੇਂ ਆਪਾਂ ਵੇਖਦੇ ਆਂ ਵੀ ਇੱਕ ਦਾਮ ਹੀ ਫਲਾਣਾ ਸੀ ਉਹਨੂੰ ਹਾਰਟ ਅਟੈਕ ਹੋਇਆ ਤੇ ਉਹਦੀ ਇੱਕ ਦਾਮ ਹੀ ਮੌਤ ਹੋ ਗਈ ਕਹਿੰਦੇ ਜੀ ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਹੁਣ ਸਾਡੇ ਜਿਹੜੇ ਬਹੁਤੇ ਗਿਆਨਾਂ ਸੀ ਉਹਨੇ ਸਾਡੇ ਜਿਹੜੇ ਬਾਬੇ ਨੇ ਆਪੂ ਬਣੇ ਬਾਬੇ ਨੇ ਉਹਨਾਂ ਲੋਕਾਂ ਨੇ ਇਹ ਭਿਕਖ ਬਾਣੀਆਂ ਕੀਤੀਆਂ ਹੋਈਆਂ ਨੇ ਖੈਰ ਮੈਂ ਤਾਂ ਕਰਕੇ ਇਹ ਬੇਨਤੀਆਂ ਸਾਂਝੀਆਂ ਕਰ ਰਿਹਾ ਨਹੀਂ ਕੋਈ ਲੋੜ ਨਹੀਂ ਸੀ ਕਹਿੰਦੇ ਉਹਨਾਂ ਦੀ ਮੌਤ ਹੋ ਜਾਵੇਗੀ ਤੇ ਮੈਨੂੰ ਇਹ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ ਕਿ ਜਦੋਂ ਕੋਈ ਆਫਤ ਆਉਂਦੀ ਹੈ ਜਾਂ ਫਿਰ ਜਦੋਂ ਕੋਈ ਬਿਮਾਰੀ ਆਉਂਦੀ ਹੈ ਉਹ ਉਦੋਂ ਕਿਉਂ ਦੁਨੀਆ ਨੂੰ ਬਚਾਉਣ ਦੇ ਲਈ ਉਹ ਸਾਹਮਣੇ ਕਿਉਂ ਨਹੀਂ ਆਉਂਦੇ ਉਦੋਂ ਦੁਨੀਆ ਨੂੰ ਕਿਉਂ ਨਹੀਂ ਬਚਾਉਂਦੇ ਤੇ ਇਹੋ ਜੀਆਂ ਚੀਜ਼ਾਂ ਦੀਆਂ ਭਵਿੱਖਬਾਣੀਆਂ ਕਿਉਂ ਕਰਦੇ ਨੇ ਤੇ ਉਹ ਲੋਕ ਇਹੋ ਜੀਆਂ ਚੀਜ਼ਾਂ ਬਾਰੇ ਹੀ ਲੋਕਾਂ ਨੂੰ ਜਾਣਕਾਰੀ ਕਿਉਂ ਦੰਦੇ ਨੇ ਉਦੋਂ ਜਦੋਂ ਬਚਾਉਣ ਦਾ ਸਮਾਂ ਹੁੰਦਾ ਉਦੋਂ ਇਹੋ ਜੇ ਲੋਕ ਕਿਹੜੀਆਂ ਖੁੱਡਾਂ ਦੇ ਵਿੱਚ ਵੜ ਜਾਂਦੇ ਨੇ ਵੋਟਾਂ ਦੀ ਵਾਰੀ ਨੂੰ ਹਰ ਕੋਈ ਭਵਿੱਖਬਾਣੀ ਕਰਦਾ ਹੈ ਹਰ ਕੋਈ ਕਹਿੰਦਾ ਜੀ ਮੈਂ ਮੇਰੀ ਭਵਿੱਖਬਾਣੀ ਸੱਚ ਹੋਏਗੀ ਤੁਸੀਂ ਵੇਖਿਆ ਹੋਣਾ ਇੱਕ ਬਾਬਾ ਪਹਿਲਾਂ ਵੀ ਕਹਿੰਦਾ ਸੀ ਕਿ ਆਹ ਪਾਰਟੀ ਨੂੰ ਆਹ ਸੀਟਾਂ ਆਉਣਗੀਆਂ ਆਹ ਪਾਰਟੀ ਨੂੰ ਇੰਨੀਆਂ ਸੀਟਾਂ ਆਉਣਗੀਆਂ ਤੇ ਆਖਰ ਜਦੋਂ ਉਹਦੀ ਭਵਿੱਖਬਾਣੀ ਗਲਤ ਸਾਬਤ ਹੋਈ ਤੇ ਸੀਟਾਂ ਜੜੀਆਂ ਨੇ ਉਹ ਬਿਲਕੁਲ ਕਿਹੜੇ ਕਿਹੜੇ ਹਿਸਾਬ ਨਾਲ ਆਈਆਂ ਤੇ ਉਹ ਫਿਰ ਬਾਬੇ ਦੀ ਬੋਲਤੀ ਉਹ ਤੋਂ ਬੰਦ ਹੋ ਗਈ ਫਿਰ ਉਹ ਬਾਬੇ ਨੂੰ ਜਿਹੜਾ ਹੈ ਫਿਰ ਗੱਲ ਨਹੀਂ ਆਉੜੀ ਕੋਈ ਤੇ ਮੈਂ ਇਸ ਕਰਕੇ ਤੁਹਾਡਾ ਧਿਆਨ ਦਿਵਾਵਾ ਕਿਉਂਕਿ ਇਹਨਾਂ ਚੀਜ਼ਾਂ ਦਾ ਜ਼ਿਆਦਾਤਰ ਉਹ ਲੋਕ ਇਸਤੇਮਾਲ ਕਰਦੇ ਨੇ ਜਿਹੜੇ ਅੰਨੇ ਨੇ ਜਿਹੜੇ ਲੋਕ ਸਮਝਦੇ ਨੇ ਵੀ ਸਾਡੇ ਤੇ ਲੋਕ ਜਿਹੜੇ ਨੇ ਅੰਨੇਵਾ ਯਕੀਨ ਕਰ ਲੈਣਗੇ ਸਾਡੇ ਤੇ ਲੋਕ ਅੰਨੇਵਾ ਯਕੀਨ ਕਰ ਰਹੇ ਨੇ ਸਾਡੇ ਤੇ ਲੋਕਾਂ ਨੇ ਅੰਨੇਵਾ ਯਕੀਨ ਕਰਨਾ ਤੇ ਇਸ ਕਰਕੇ ਮੈਂ ਬੇਨਤੀਆਂ ਕਰ ਰਿਹਾ ਵੀ ਉਹਨਾਂ ਲੋਕਾਂ ਨੂੰ ਇਹ ਜਿਹੜੀ ਹੈ ਗੱਲ ਜ਼ਰੂਰ ਸਮਝਾ ਦਿਓ ਕਿ ਅਜਿਹਾ ਕੁਝ ਨਹੀਂ ਹੋਣਾ ਕਾਵਾਂ ਦੇ ਮਾਰਿਆਂ ਕਦੇ ਠੱਗੇ ਨਹੀਂ ਮਰਿਆ ਕਰਦੇ ਤੇ ਤੁਹਾਡੀਆਂ ਕੀਤੀਆਂ ਭਵਿੱਖਬਾਣੀਆਂ ਜੇਕਰ ਗਲਤ ਸਾਬਤ ਹੋਈਆਂ ਉਹਨਾਂ ਬਾਬਿਆਂ ਨੂੰ ਬਾਹ ਤੋਂ ਫੜ ਕੇ ਪੁੱਛਿਓ ਵੀ ਤੁਹਾਡੇ ਜਿਹੜੇ ਨੇ ਫਿਰ ਅਸੀਂ ਗਿੱਟੇ ਜ਼ਰੂਰ ਕੁੱਟਾਂਗੇ ਤੁਹਾਡੇ ਮਗਰ ਅਸੀਂ ਪਾਵਾਂਗੇ ਜੇ ਤੁਹਾਡੀਆਂ ਭੁਵਿੱਖ ਬਾਣੀਆਂ ਗਲਤ ਹੋਈਆਂ ਇਸ ਕਰਕੇ ਸੋਚ ਸਮਝ ਕੇ ਬੋਲਿਓ ਇਹ ਬਾਬੇ ਨਾ ਸੋਚ ਸਮਝ ਕੇ ਬੋਲਿਆ ਕਰਨਗੇ ਅੱਗੇ ਤੋਂ ਜਿਨ੍ਹਾਂ ਲੋਕਾਂ ਨੂੰ ਇੰਨਾ ਕੁ ਡਰ ਪਾ ਦਿੱਤਾ ਜਾਏ ਕੀ ਇਹਨਾਂ ਲੋਕ ਕਹਿੰਦੇ ਜੀ ਇਹ ਇਹ ਜਿਹੜੀ ਹੈ ਪ੍ਰਧਾਨ ਮੰਤਰੀ ਦੀ ਮੌਤ ਹੋਵੇਗੀ ਹਾਲਾਂਕਿ ਪ੍ਰਧਾਨ ਮੰਤਰੀ ਦੀ ਮੌਤ ਹੋ ਜੇਗੀ ਤੇ ਦੂਜਾ ਉਹ ਕੌਣ ਪ੍ਰਧਾਨ ਮੰਤਰੀ ਬਣੇਗਾ ਇਹਨਾਂ ਨੂੰ ਮੋੜ ਕੇ ਸਵਾਲ ਕਰਿਓ ਖਾਂ ਕੌਣ ਬਣੇਗਾ ਪ੍ਰਧਾਨ ਮੰਤਰੀ ਇਹ ਕਹਿੰਦੇ ਆ ਵੀ 84 ਵਰਗਾ ਹਾਲ ਹੋਏਗਾ ਸਿੱਖਾਂ ਦਾ 84 ਵਾਂਗੂ ਸਿੱਖਾਂ ਨੂੰ ਮਾਰਿਆ ਜਾਏਗਾ ਸਿੱਖਾਂ ਦੀ ਨਸਲ ਖੁਸ਼ੀ ਹੋਏਗੀ ਜਿਹੜੇ ਕਹਿੰਦੇ ਆ ਵੀ 84 ਨੂੰ ਭੁੱਲ ਜਾਓ ਇਹ ਸਾਨੂੰ ਦੁਬਾਰਾ 84 ਦਿਖਾਉਣ ਨੂੰ ਫਿਰਦੇ ਆ ਕਹਿੰਦੇ ਜੀ ਦੁਬਾਰਾ 84 ਵਰਗਾ ਹਾਲ ਹੋਏਗਾ ਬੜੀ ਹੈਰਾਨਗੀ ਹੈ ਇੱਥੋਂ ਤੱਕ ਕਹਿੰਦੇ ਵੀ ਧਾਰਮਿਕ ਸਥਾਨਾਂ ਤੇ ਵੀ ਹਮਲਾ ਹੋਏਗਾ ਧਾਰਮਿਕ ਸਥਾਨਾਂ ਤੇ ਹਮਲਾ ਕੀ ਹੋਏਗਾ ਬਕਾ ਬਕਾਈ ਹੋ ਰਿਹਾ ਏ ਤੁਸੀਂ ਵੇਖ ਰਹੇ ਹੋ ਹੋਲੀ ਵਾਲੇ ਦਿਨ ਜਦੋਂ ਰਾਮ ਮੰਦਰ ਦਾ ਉਘਾਟਨ ਹੋਇਆ ਸੀ ਉਦੋਂ ਵੀ ਤੇ ਕਿਸ ਤਰ੍ਹਾਂ ਮਸਜਿਦਾਂ ਤੇ ਚੜ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਗਏ ਕਿਸ ਤਰ੍ਹਾਂ ਮੁਸਲਮਾਨ ਭਰਾਵਾਂ ਦੀਆਂ ਬੇਟੀਆਂ ਨੂੰ ਜ਼ਬਰਦਸਤੀ ਧੱਕੇ ਨਾਲ ਘਰੇ ਵੜ ਕੇ ਰੰਗ ਲਾਏ ਗਏ ਬਾਹਰ ਮੋਟਰਸਾਈਕਲ ਤੇ ਜਾਂਦੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਉਹਨਾਂ ਤੇ ਰੰਗ ਮਾਰੇ ਗਏ ਈਆਂ ਭੈਣਾ ਦੇ ਰੰਗ ਲਾਉਣ ਦੇ ਬਹਾਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀਆਂ ਬਦਕੋਈਆਂ ਕੀਤੀਆਂ ਗਈਆਂ ਬਦਸਲੂਕੀਆਂ ਕੀਤੀਆਂ ਗਈਆਂ ਉਹਨਾਂ ਦੇ ਅੰਗਾਂ ਨੂੰ ਛੂਇਆ ਗਿਆ ਤੇ ਮੈਂ ਇੱਥੇ ਬੇਨਤੀ ਕਰਕੇ ਤੁਹਾਡਾ ਧੰਨਵਾਦਾਂ ਕਿਉਂਕਿ ਇਹ ਲੋਕ ਸਾਨੂੰ ਇਹੋ ਜਿਹਾ ਹਿੰਦੂ ਰਾਸ਼ਟਰ ਨਹੀਂ ਚਾਹੀਦਾ ਜੀ ਸਾਨੂੰ ਉਹ ਚਾਹੀਦਾ ਜਿਹੜਾ ਜਿਸ ਰਾਜ ਦੇ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਸੇਫ ਹੋਵੇ ਜਿਸ ਰਾਜ ਦੇ ਵਿੱਚ ਧੀਆਂ ਭੈਣਾਂ ਸੇਫ ਹੋਣ ਸਾਨੂੰ ਉਹ ਚਾਹੀਦੇ ਨੇ ਆ ਸਾਨੂੰ ਲੋਕ ਨਹੀਂ ਚਾਹੀਦੇ ਸਾਡੇ ਧਾਰਮਿਕ ਅਸਥਾਨਾਂ ਤੇ ਹਮਲਾ ਹੋ ਰਿਹਾ ਸਾਡੇ ਪਰਿਵਾਰਾਂ ਤੇ ਹਮਲਾ ਹੋ ਰਿਹਾ ਕਹਿੰਦੇ ਪੰਜਾਬ ਦੇ ਤਾਂ ਟੋਟੇ ਕਰ ਦਿੱਤੇ ਜਾਣਗੇ ਕਿਹੜਾ ਪੰਜਾਬ ਅੰਮ੍ਰਿਤਪਾਲ ਵੇਲੇ ਇਹ ਲੋਕ ਕਿੰਨਾ ਬੋਲੇ ਕਿੰਨਾ ਭੌਕੇ ਕਹਿੰਦੇ ਜੀ ਕੌਣ ਅਮਰਿਤਪਾਲ ਜਿਹੜਾ ਅਮਰਿਤਪਾਲ ਆਇਆ ਅਸੀਂ ਇਹਨੂੰ ਨੱਪ ਦੇਾਂਗੇ ਅਸੀਂ ਐ ਕਰਦੇ ਆਂਗੇ ਅਸੀਂ ਸਿੱਖਾਂ ਨੂੰ ਇਹ ਕਰਦੇ ਆਂਗੇ ਤੇ ਯਾਦ ਰੱਖਿਓ ਜਦੋਂ ਆਫਤਾਂ ਆਉਂਦੀਆਂ ਨੇ ਅੱਗੇ ਹੋ ਕੇ ਸਿੱਖ ਹੀ ਲੰਗਰ ਲਾਉਂਦੇ ਨੇ ਇਹ ਗੁਰੂ ਨਾਨਕ ਦਾ ਲੰਗਰ ਸਭ ਤੋਂ ਪਹਿਲਾਂ ਪਹੁੰਚਦਾ ਹੈ ਕਿੱਥੇ ਘੂਰਦੇ ਆਂ ਅਸੀਂ ਕਿਹੜੀਆਂ ਖਵਾਵਾਂ ਉਹਦੇ ਵਿੱਚ ਫਿਰਦੇ ਆਂ ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚ ਫਿਰਦੇ ਆਂ ਅਸੀਂ ਜਰਾ ਇੱਕ ਵਾਰੀ ਸੋਚੋ ਇੱਕ ਵਾਰੀ ਇਹਨਾਂ ਚੀਜ਼ਾਂ ਦਾ ਜਵਾਬ ਤਾਂ ਦੇ ਦਿਓ ਪੰਜਾਬ ਦੇ ਟੋਟੇ ਕਰਨੇ ਇਹਨੇ ਸੌਖੇ ਨਹੀਂ ਜੇ ਸਾਡੇ ਲੋਕ ਇੱਕ ਹੋ ਜਾਣ ਪੰਜਾਬ ਦੇ ਟੋਟੇ ਕਰਨੇ ਇੰਨੇ ਸੌਖੇ ਨਹੀਂ ਜੇ ਸਾਡੇ ਲੋਕ ਇੱਕ ਹੋ ਜਾਣ ਜੇ ਸਾਡੇ ਲੋਕਾਂ ਦੇ ਵਿੱਚ ਏਕਤਾ ਰਹੀ ਅਨੇਕਤਾ ਰਹੀ ਤੇ ਯਾਦ ਰੱਖਿਓ ਪੰਜਾਬ ਦੇ ਟੋਟੇ ਤੇ ਇਹ ਲੋਕ ਸੋਚ ਵੀ ਨਹੀਂ ਸਕਦੇ ਸਾਡੇ ਲੋਕਾਂ ਦੇ ਵਿੱਚ ਏਕਾ ਨਹੀਂ ਸੀ ਯਾਦ ਰੱਖਿਓ ਪਾਕਿਸਤਾਨ ਅੱਡ ਕਰਤਾ ਸਾਡੇ ਲੋਕਾਂ ਦੇ ਵਿੱਚ ਏਕਾ ਨਹੀਂ ਸੀ ਯਾਦ ਰੱਖਿਓ ਸਾਡੇ ਵਿੱਚ ਉਹ ਹਰਿਆਣਾ ਵਖ ਕਰਤਾ ਸਾਡੇ ਲੋਕਾਂ ਦੀ ਜਿਹੜੀ ਏਕਤਾ ਨਹੀਂ ਰਹੀ ਸਾਡੇ ਲੋਕ ਲੀਡਰਾਂ ਤੇ ਵਿਸ਼ਵਾਸ ਕਰਦੇ ਰਹੇ ਸਾਡੇ ਚੋਂ ਹਿਮਾਚਲ ਵੀ ਅਲੱਗ ਕਰ ਦਿੱਤਾ ਗਿਆ ਤੇ ਯਾਦ ਰੱਖਿਓ ਹੁਣ ਚੰਡੀਗੜ੍ਹ ਸਟੇਟ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਜੇ ਸਾਡੇ ਵਿੱਚ ਏਕਾ ਨਾ ਰਿਆ ਤੇ ਯਾਦ ਰੱਖਿਓ ਫਿਰ ਚੰਡੀਗੜ੍ਹ ਵੀ ਸਟੇਟ ਬਣਾ ਕੇ ਪੇਸ਼ ਕਰ ਦੇਣਗੇ ਲੋਕ ਕਿੱਥੇ ਫਿਰਦੇ ਹਾਂ ਅਸੀਂ ਭੁੱਲ ਜਾਓ ਵੀ ਸਾਨੂੰ ਇਕੱਠੇ ਬੈਠਣ ਦੇ ਦੇਣਗੇ ਮੈਂ ਬੇਨਤੀ ਕਰ ਰਿਹਾ ਸੀ ਵੀ ਉਹਨਾਂ ਲੋਕਾਂ ਨੂੰ ਪੁੱਛੋ ਜੀ ਜਾ ਕੇ ਜਿਹੜੇ ਕਹਿੰਦੇ ਆ ਜੀ ਪ੍ਰਧਾਨ ਮੰਤਰੀ ਦੀ ਮੌਤ ਹੋ ਗਈ ਉਹਨੂੰ ਪੁੱਛੋ ਵੀ ਅਗਲਾ ਪ੍ਰਧਾਨ ਮੰਤਰੀ ਕੌਣ ਹੋਏਗਾ ਤੇ ਉਹਨੂੰ ਪੁੱਛੋ ਜੇ 84 ਵਾਂਗੂ ਹਾਲ ਹੋਏਗਾ ਤੇ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਤੇ ਯਾਦ ਰੱਖੋ ਵੀ ਪੰਜਾਬ ਦੇ ਟੋਟੇ ਹੋਣ ਦੀ ਜੇ ਤਿਆਰੀ ਹੋ ਰਹੀ ਹੈ ਕਿਹੜੀ ਸਰਕਾਰ ਕਰ ਰਹੀ ਹੈ ਕਿਸ ਸਰਕਾਰ ਦੀ ਇਹ ਪਲਾਨਿੰਗ ਹੈ ਤੇ ਸਾਨੂੰ ਇਹ ਦੱਸ ਦਿਓ ਤੇ ਇਹਨੂੰ ਰੋਕਿਆ ਕਿਵੇਂ ਜਾਏਗਾ ਰੋਕ ਅਸੀਂ ਆਪਣੇ ਆਪ ਲਾਵਾਂਗੇ ਸਾਨੂੰ ਇੱਕ ਵਾਰੀ ਵਿਜੀ ਦੱਸ ਦਿਓ ਤੇ ਇਹੋ ਜਿਹੇ ਲੋਕ ਇਹੋ ਜਿਹੇ ਬਾਬੇ ਅੱਗੇ ਵਾਸਤੇ ਫਿਰ ਤੁਹਾਡੇ ਨਾਲ ਇਹੋ ਜਿਹਾ ਕੋਜਾ ਮਜ਼ਾਕ ਨਹੀਂ ਕਰਨਗੇ ਸੋ ਇਸ ਕਰਕੇ ਬਿੰਜੇ ਕਰਦਾ ਵੀ ਇਹਨਾਂ ਲੋਕਾਂ ਤੋਂ ਹੱਲ ਵੀ ਪੁੱਛਿਆ ਕਰੋ ਅਈ ਨਾ ਸੱਤ ਬਚਨ ਕਹਿ ਕਹਿ ਕੇ ਇਹਨਾਂ ਲੋਕਾਂ ਨੂੰ ਸਿਰ ਤੇ ਚੜਾਇਆ ਕਰੋ ਇਹਨਾਂ ਲੋਕਾਂ ਤੋਂ ਹੱਲ ਪੁੱਛੋ ਵੀ ਠੀਕ ਹੈ ਬਾਬਾ ਜਿਹੜਾ ਤੂੰ ਦੱਸਤਾ ਸੀ ਤੇਰਾ ਮੰਨ ਲਿਆ ਤੇ ਇਸ ਚੀਜ਼ ਦਾ ਹੁਣ ਹੱਲ ਦੱਸ ਵੀ ਕੀ ਆ ਹੱਲ ਦੱਸ ਹਾਂ ਠੀਕ ਹੈ ਬੰਦਗੀ ਵਾਲੇ ਹਨ ਪਰ ਯਾਦ ਰੱਖਿਓ ਬੰਦਗੀ ਵਾਲੇ ਲੋਕਾਂ ਨੂੰ ਇਦਾਂ ਗੁੰਮਰਾ ਕਰਕੇ ਉਹਨਾਂ ਲੋਕਾਂ ਤੋਂ ਪੈਸੇ ਨਹੀਂ ਐਂਟਦੇ ਤੇ ਇਹ ਲੋਕ ਸਾਨੂੰ ਇਦਾਂ ਦੀਆਂ ਝੂਠ ਗੱਪ ਕਹਾਣੀਆਂ ਸੁਣਾ ਕੇ ਸਾਡੇ ਤੋਂ ਪੈਸੇ ਵੀ ਐਂਟਦੇ ਆ ਤੇ ਸਾਨੂੰ ਡਰਾ ਕੇ ਵੀ ਰੱਖਦੇ ਆ ਡਰ ਹੀ ਇਹਨਾਂ ਲੋਕਾਂ ਦਾ ਸਭ ਤੋਂ ਵੱਡਾ ਸ਼ਸਤਰ ਹੈ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ